अज हजूर दा आगमन पुरब है, क्योंकि मेरी इच्छा सी मैं जो हुक्मनामा आया उहदे अर्थ जरूर कर दिया। आप सब पटना निवासी जानते हो इत्थे आदि गुरु नानक साहब के मुबारक चरण पए, गाय घाट गऊ घाट जिन्हों असीं पंजाबी च कहिंदे, ਇਹ ਉਹਦਾ ਹਵੇਲੀ ਉਹਦਾ ਘਰ ਹੈ ਸਾਲ ਸਰਾਏ ਜੋਰੀ ਦਾ। ਮੈਂ ਉਸ ਦਿਨ ਕਿਹਾ ਸੀ ਇੱਕ ਗੁਰੂ ਗ੍ਰੰਥ ਸਾਹਿਬ ਸ਼ਬਦ ਕਹਿ ਬਿਬਲ ਬਜਾਰ ਬਸਸ ਨਿਰਮਲ ਜਲ ਮਾਰੂ ਮਹੱਲਾ ਪਹਿਲਾ। ਇਹ ਸ਼ਬਦ ਸਤਿਗੁਰਾਂ ਨੇ ਪਟਨਾ ਸਾਹਿਬ ਉਚਾਰਨ ਕੀਤਾ ਹੈ, ਇਹ ਮਾਰੂ ਰਾਗ ਦਾ। ਜਦੋਂ ਸਾਲ ਸਰਾਏ ਵਰਗਾ ਬੰਦਾ, ਕਿਉਂਕਿ ਆਪ ਕਹੋਗੇ ਸਾਰਾ ਪਤਾ ਕੋਈ ਸ਼ੱਕ ਨਹੀਂ, ਸਤਿਗੁਰਾਂ ਨੇ ਕੀਮਤੀ ਲਾਲ ਦਿੱਤਾ ਨਾ, ਇਹ ਪਟਨੇ ਪਟਨਾ ਸਾਹਿਬ ਦੀ ਘਟਨਾ ਹੈ। ਭਾਈ ਮਰਦਾਨੇ ਨੂੰ ਕਿਹਾ ਜਾ ਵੇਚ ਆ ਤੇ ਪ੍ਰਸ਼ਾਦਾ ਪਾਣੀ ਛਕ ਲਈ। ਸਾਰੇ ਥਾਵਾਂ ਤੇ ਗਿਆ। ਆਪ ਨੂੰ ਇਹ ਵੀ ਪਤਾ ਹੈ ਵੀ ਕਿਸੇ ਨੇ ਮੁੱਲ ਕੱਪੜਾ ਪਾਇਆ, ਕਿਸੇ ਨੇ ਮਠਿਆਈ ਪਾਈ, ਗੱਲ ਕੀ ਲੋਕਾਂ ਨੇ ਮੁੱਲ ਆਪਣੇ ਆਪਣੇ ਢੰਗ ਨਾਲ ਪਾਏ। ਸਾਲ ਸਰਾਏ ਕੋਲ ਆਇਆ, ਉਹਨੇ ਉਸ ਲਾਲ ਨੂੰ ਦੇਖਿਆ, ਉਹਨੇ ਕਿਹਾ ਵੀ ਇਹ ਮੈਂ ਨਹੀਂ ਖਰੀਦ ਸਕਦਾ, ਇਹ ਬੇਸ਼ਕੀਮਤੀ ਹੈ, ਇਹਦੀ ਕੀਮਤ ਕੋਈ ਨਹੀਂ, ਮੈਂ ਨਹੀਂ ਖਰੀਦ ਸਕਦਾ। ਤੇ ਨਾਲ 100 ਰੁਪਈਆ ਕਹਿੰਦਾ ਦਰਕੇ ਨੂੰ ਇਹਨੂੰ ਦੇ ਦੇ। ਮੇਰੀ ਇੱਕ ਗੱਲ ਧਿਆਨ ਨਾਲ ਸੁਣਿਓ, ਸਾਖੀ ਬੜੀ ਬੜੀ ਸੁਣੀ ਆਪਾਂ, ਇਹਦਾ ਮਤਲਬ ਸਾਲ ਸਰਾਏ ਦੀ ਨੀਅਤ ਇੰਨੀ ਸਾਫ ਸੀ। ਜੇ ਬੇਈਮਾਨ ਹੁੰਦਾ ਉਹ ਕਹਿੰਦਾ ਛੱਡ ਮੈਂ ਕੀ ਲੈਣਾ ਲਾਲ, ਇਹ ਕੀ ਲਈ ਫਿਰਨਾ, ਕੱਚ ਜੈ ਨੂੰ ਤੇ ਕੋਈ ਦੇਖਦਾ ਨਹੀਂ, ਅਸੀਂ ਲਾਇਕ ਹੀ ਨਹੀਂ ਕਰਦੇ, ਪਰ ਸਾਡੇ ਨੂੰ ਉਹਨੇ ਚਲਾਕੀ ਨਾਲ ਉਹ ਪ੍ਰਾਪਤ ਕਰ ਲੈਣਾ ਸੀ। ਉਹ ਬੰਦਾ ਇੰਨਾ ਇਮਾਨਦਾਰ, ਇੰਨੀ ਨੀਅਤ ਸਾਫ, ਉਹਨੇ ਕਿਹਾ ਭਰਾਵਾ ਮੇਰਾ ਘਰ ਬਾਰ ਵੀ ਵਿਕ ਜਾਏ, ਇਸ ਲਾਲ ਦੀ ਕੀਮਤ ਨਹੀਂ ਪੈ ਸਕਦੀ, ਇਹਦੇ ਵੇਖਣ ਦਾ ਹੀ 100 ਰੁਪਈਆ ਹੈ। ਯਾਦ ਰੱਖਿਓ, ਜਿਨ੍ਹਾਂ ਦੀਆਂ ਨੀਅਤਾਂ ਸਾਫ ਹੁੰਦੀਆਂ ਨੇ ਗੁਰੂ ਵੀ ਟਿਕਾਣੇ ਉਹਨਾਂ ਦੇ ਘਰਾਂ ਵਿੱਚ ਕਰਦਾ ਹੈ। ਮਹਾਰਾਜ ਨੇ ਕਿਹਾ ਨਾਨਕ ਘਰ ਹੀ ਬੈਠਿਆ 100 ਮਿਲੇ ਜੇ ਨੀਅਤ ਰਾਸ ਕਰੇ। ਉਹਨੇ ਨੀਅਤ ਇੰਨੀ ਰਾਸ, ਇਮਾਨਦਾਰ ਬੰਦਾ, ਉਹਨੇ ਕਿਹਾ ਨਹੀਂ ਮਹਾਰਾਜ ਦੀ ਕੀਮਤ ਨਹੀਂ, ਹਜ਼ੂਰ ਨੂੰ ਮਿਲਿਆ। ਆਪ ਸਭ ਨੂੰ ਪਤਾ ਮੈਂ ਜ਼ਿਆਦਾ ਡਿਟੇਲ 'ਚ ਨਹੀਂ, ਅਤੇ ਸਤਿਗੁਰਾਂ ਨੂੰ ਕਹਿੰਦਾ ਕਿਰਪਾ ਕਰੋ ਚਰਨ ਪਾਓ, ਮੇਰੇ ਘਰ ਚੱਲੋ। ਹਜ਼ੂਰ ਨੇ ਉਹਨੂੰ ਆਤਮ ਗਿਆਨ ਦੀ ਚਿਣਗ ਲਾ ਦਿੱਤੀ, ਮੰਜੀ ਬਖਸ਼ੀ, ਆਪ ਸਾਰੇ ਲਿਖਿਆ ਇੱਥੇ ਪੜ੍ਹਦੇ ਹੋ। ਅਧਰਕੇ 'ਤੇ ਕਿਰਪਾ ਹੋਈ, ਅੱਛਾ ਅਧਰਕੇ 'ਤੇ ਬਖਸ਼ਿਸ਼ ਹੋਈ, ਕਿਰਪਾ ਹੋਈ। ਪਰ ਮੈਂ ਆਪ ਨੂੰ ਬੇਨਤੀ ਕਰਾਂ, ਜਦੋਂ ਉਹਨੇ ਕਿਹਾ ਮਹਾਰਾਜ ਚੱਲੋ ਮੇਰੇ ਘਰ, ਆਏ ਨੇ ਪਟਨਾ ਸਾਹਿਬ, ਚੱਲੋ ਮੇਰੇ ਘਰ, ਹਜ਼ੂਰ ਕਹਿੰਦੇ ਨੇ ਸਮਾਂ ਆਏਗਾ ਅਸੀਂ ਕਈ ਸਾਲ ਤੇਰੇ ਘਰ ਵਿੱਚ ਰਹਾਂਗੇ। ਸੱਚੀ ਮੁੱਚੀ ਉਹ ਜਿਹੜਾ ਪਹਿਲੇ ਜਾਮੇ ਬਚਨ ਕੀਤਾ, ਇਹਨੂੰ ਆਮ ਤਰਕ ਦੀ ਨਿਗਾਹ ਨਾਲ ਨਹੀਂ ਲੈਣਾ। ਜੇ ਗੁਰੂ ਨਾਨਕ ਸਾਹਿਬ ਕੀਰਤਪੁਰ ਸਾਹਿਬ ਜਾਂਦੇ ਆ, ਚਲੋ ਕੀਰਤਪੁਰ ਨਾਮ ਬਾਅਦ ਵਿੱਚ ਬਣਦਾ ਹੈ ਨਾ, ਗੁਰੂ ਹਰਗੋਬਿੰਦ ਸਾਹਿਬ ਬਣਾਉਂਦੇ, ਪਰ ਬੁੱਢਣ ਸ਼ਾਹ ਕਹਿੰਦਾ ਦੁੱਧ ਪੀਓ, ਹਜ਼ੂਰ ਕਹਿੰਦੇ ਨੇ ਅੱਜ ਨਹੀਂ ਸਮਾਂ ਆਵੇਗਾ 6ਵੇਂ ਜਾਮੇ ਜਾ ਕੇ ਪੀਓ। ਸਾਰੇ ਸੀ ਕਹਿੰਦੇ ਮਹਾਰਾਜ ਉੱਥੇ ਗਏ, ਇੱਥੇ ਸਤਿਗੁਰੂ ਆਏ, ਉਹਨਾਂ ਕਿਹਾ ਸਾਲ ਸਰਾਏ ਅੱਜ ਥੋੜ੍ਹਾ ਗੱਲ ਮੁੱਕ ਜਾਣੀ ਹੈ, ਤੇਰੇ ਘਰ 'ਚ ਆਵਾਂਗੇ, ਕਈ ਸਾਲ ਰਹਿ ਕੇ ਜਾਵਾਂਗੇ ਸਰੀਰਕ ਤੌਰ 'ਤੇ, ਤੇ ਇੰਨੀ ਰੱਬ ਦੀ ਕਿਰਪਾ ਵਰਤੇਗੀ, ਤੇਰਾ ਘਰ ਗੁਰੂ ਦਾ ਘਰ ਬਣ ਜਾਏਗਾ, ਰਹਿੰਦੀ ਦੁਨੀਆ ਤੱਕ ਗੁਰੂ ਦਾ ਵਸੇਬਾ ਇਸੇ ਘਰ ਵਿੱਚ ਹੀ ਰਹੇ। ਜਿਹਨੂੰ ਆਪਾਂ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਕਹਿੰਦੇ ਹਾਂ, ਇਹ ਗੁਰੂ ਨਾਨਕ ਸਾਹਿਬ ਦੇ ਬਚਨਾਂ ਨਾਲ ਭਾਗ ਲੱਗੇ ਹੋਏ ਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਉਹ ਇੱਥੇ ਆਏ ਆ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਇਸ ਪੂਰਬ ਦੀ ਯਾਤਰਾ ਵੱਲ, ਤੇ ਪੂਰਬ ਦੀ ਯਾਤਰਾ ਆਮ ਸੈਲ ਕਰਨੀ ਨਹੀਂ, ਸੱਚੀ ਮੁੱਚੀ ਦੁਨੀਆ ਦੇ ਦੁੱਖ ਹਾਰਨ ਲਈ। ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਦੀ ਫਲਵਾੜੀ ਹੈ, ਉੱਥੇ ਨਾਮ ਦੀ ਬਰਕਤ ਵਰਤਾਉਣ ਲਈ। ਮਹਾਰਾਜ ਆਪ ਅਜੇ ਹੁਣ ਭਾਈ ਸਾਹਿਬ ਪੜ੍ਹ ਰਹੇ ਸਨ ਕਥਾ ਤੋਂ ਪਹਿਲਾਂ, ਮੁਰਪਿਤ ਪੂਰਬ ਕੀ ਇਸ ਪਿਆਨਾ, ਮੇਰੇ ਪਿਤਾ ਜੀ ਨੇ ਪੂਰਬ ਵਾਲੇ ਪਾਸੇ ਪਿਆਨਾ ਕੀਤਾ, ਭਾਂਤ ਭਾਂਤ ਕੇ ਤੀਰਥ ਨਹਾਨਾ, ਅਨੇਕਾਂ ਤਰ੍ਹਾਂ ਦੇ ਤੀਰਥਾਂ ਦੇ ਇਸ਼ਨਾਨ ਹੋਏ। ਚਲੋ ਇਹ ਸਮੇਂ ਨਾਜ ਇਹਦੇ ਅਰਥ ਵੀ ਡੂੰਘੇ ਆ। ਭਾਂਤ ਭਾਂਤ ਕੇ ਤੀਰਥ ਨਹਾਨਾ, ਜਾਬੀ ਜਾਤ ਤਰਬੈਣੀ ਭੈ, ਪੁੰਨ ਦਾਨ ਦਿਨ ਕਰਤ ਬਤੈ। ਤਰਬੈਣੀ ਆਪ ਸਭ ਨੂੰ ਪਤਾ ਹੈ ਇਲਾਹਾਬਾਦ,
जिथे गंगा यमुना ते सरस्वती दा संगम किया जांदा है, दो तां प्रतख ने एक गुप्त है। जब ही जात तर बैणी पए पुन दान दिन करत बतै तही प्रकाश, उथे प्रकाश होया। फिर बेनती बड़ी बारी आपने अर्थ सुने होने, प्रकाश दे अर्थ ये भी ने उधर विच निवास होना। इवन के गुरु अर्जुन देव ने गुरु हरगोबिंद साहब बारे लिखा जे ना, सतगुर साचे दिया भेज चिर जीवन उपजा संयोग, उहदे विच अगली तो के उधर है माए आए किया निवास। माता कै मन बहुत विगास, अगे जमया पूत भगत गोबिंद का। जब ही जात तरबैणी पै पुन दान दिन करत पतै तई प्रकाश हमारा भयो, ऐस शहर नू भाग लग गया पटना शहर विखे भव लै। थोड़ियां जीयां बेनतियां ने आप जी दे सन्मुख सास्त्रिया का, क्योंकि भाई जगदेव सिंह कहिंदे ने भी 8-7 मिनट होर ला लो। देखो आप दसम दी बाणी च सारे बचन पढ़ दे। अब मैं अपनी कथा बखानो, यह सुनना भी है तुसी, रात भी कीर्तन भी ते व्याख्या भी होनी। तप शादत जे बिद मोय आनू, हेमकुंट पर्वत कै जहां, सबद सिरिंग शोभित कै तहां, सबद सिंह तै नाम कहावा, पंड राज जे जो कमावा, तै हम अधिक तपस्या साधी, मां काल काल का अरादी, ए बिद करत तपस्या भयो, द्वैते एक रूप हुए गयो। क्योंकि आपने सुनना है कई दिन लगातार, ते मेरा क्या रात नूं इस दा कीर्तन भी हुंदा है, द्वैते एक रूप हो गयो। ए उस अवस्था दा जिक्र है जिस विच सतगुरु पूर्व दी गल कर रहे, पूर्व जन्म दी, एक हो गए। हुण अगलियां तुकां नूं देखियो, तात मात मुर अलख अरादा, बहुविध जोग साधना साधा, तिन जो करी अलख की सेवा, ताते पै प्रसन्न गुरदेवा। ये दो चीजां ध्यान च रख के तुरियो, एक दोए तै एक रूप हो गयो। ये गुरु गोबिंद सिंह जी अपने लिए वरत रहा कि दो तो एक हो गया सी। ते अगली गल जेड़ा ये शब्द क्या, तात मात मुर अलख अरादा, जेड़ा द्वै तो एक हो गया धन गुरु गोबिंद सिंह सच्चा पातशाह, उसनू कुख भी वह चाहिए जिन्हें इबादत की हो। सतगुरु अपने पूर्व की गल करते हैं ते नाल माता पिता का जिक्र क्यों कर दिता। फिर इस बेनती, तात मात मुर अलख अरादा, बहुविध योग साधना साधा, इतने कले पिता जी नहीं कहा, मां जी ने भी कहा। गुरमुखो मात गुजरी की बड़ी वड्डी तपस्या है, पिता जी की बड़ी वड्डी तपस्या है। ते आप जी नूं ये भी पता है कि जिस वक्त गुरु गोबिंद राय जी का आगमन है अज, उस वक्त गुरु तेग बहादुर की उम्र 45-46 साल हो चुकी है। अधखड़ उम्र जिन्हों आप कहने, उंज सतगुरु 54 साल की आरबला च शहादत का जाम पी गए गुरु तेग बहादुर जी। 45-46 साल की उम्र सतगुरु गुरु तेग बहादुर जी की, ते व्याह होया नूं तकरीबन 32-33 साल हो चुके आ। गुरु तेग बहादुर साहब ते माता गुजरी जी की शादी नूं तकरीबन 3 दहाके 30 साल तो वध समा हो चुका है। ते गुरु गोबिंद सिंह इसका जिक्र कर रहे हैं, कहिंदे ने कि मेरे माता पिता की इन्नी इबादत इन्नी भगती, जिथे द्वै तो एक आप होए उथे मेरे मां ते बापू की भगती ना रब इन्ना प्रसन्न होया, उन्हें मैनू मात गुजरी की कुख ते गुरु तेग बहादुर वर्गा पिता दे दिता। इहदे विच माता पिता की भगती थोड़ी नहीं, द्वै ते एक रूप हो गयो। अगे महाराज कह रहे ये तात मात मुरख अलख अरादा, बहुविध योग साधना साधा, तिन जो करी अलख की सेवा, अलख की वाहगुरु की, तांते पै प्रसन्न गुरदेवा। हुण एक पिता दी ते मां दी भगती, ते दूजा गुरु गोबिंद सिंह दी अभेदता। प्यारिओ जदो तीने चीजां कठियां रल गईयां ते गुरु गोबिंद सिंह वर्गा दूजा कोई होर हो ही नहीं सकता। माता पिता दी भगती, तांत मात मुर अलख अरादा, वो भी जोग साधना साधा, तिन जो करी अलख की सेवा, तांते पै प्रसन्न गुरदेवा। फिर कहिंदे तिन प्रभ जब आई समय दिया,
तब हम जन्म कलू में लिया। अगे फिर महाराज कहते चित ना भयो हमरो आमन कह, साडा दिल नहीं सी करदा क्यों जी, चुभी रही सुरत प्रभ चरणन में, साडी सुरत प्रभु दे चरणा विच विची है चुभी है। ते कहने ज्यों त्यों प्रभ हमको समझायो, इम कह कह ए लोक पठायो, मैं अपना सत तोए निवाजा, पंत परचर करबे को साजा, जहां तहां तुम धर्म चलाए, कबुद्ध करन ते लोक हटाए। मैं सिर्फ इको बेनती करांगा, एक एक सत्र वाचन वाली है गुरु गोबिंद सिंह दी सुरत, पटना साहब दी धरती तो लैके नदेड़ दी धरती तक कोई समय ऐसा नहीं आया जिदन गुरु गोबिंद सिंह दी सुरत किते रब दे चरणा विचों टुटी होवे। ये मैं रात नूं अर्ज करांगा जदों समा गुरमुख निर्धारित करनगे, टिकी कोई सुरत ही बाप दा सीस वेख सकदी है, चुभी कोई सुरत ही पुत्रां दे तन दे टुकड़े वेख सकदी है, चुभी कोई सुरत ही चंड दे थल्ले बह के प्यारे नूं अपने वल्लों अपना संदेश भेजदी है। चेते रखियो गुरु गोबिंद सिंह दी सुरत कदी भी प्रभु चरणा विचों बाहर नहीं निकली। जिन्हां दीआं सुरतां निकलियां उन्हां नूं गुरु ने कह दिता श्री भगवान की बाहे कृपा हुंते एक रती बिन एक रती के। इत्थे सतगुरु गुरु गोबिंद सिंह महाराज जी दा जदों आगमन हुंदा, मैं कह के समाप्ति कर लगा, पिता गुरदेव गुरु तेग बहादुर साहब घर नहीं, आप सब नूं पता है कि पिता जी असाम नूं गए हुए आ, परिवार इत्थे टिके। मैं अक्सर कथा च कहिंदा वां सतगुरु गुरु तेग बहादुर जी तुहाडा देना नहीं कदी दे सकदा भारत। एक गृहस्थी दे घर 46 साल दी उम्र होवे ते संतान नहीं आउणा होवे, विवाह होया नूं 30-32 साल हो जाण ते गृहस्थी अपने घरों किते बाहर जांदा है, उह कहिंदा मेरे घर संतान आउणी है। ये सच्चे पातशाह तेरे अंदर प्यार जरूर है पर तेरे अंदर मोह ना दी कोई चीज है, प्यार है। जिस वक्त हजूर दा इत्थे आगमन होया ना जी अमृत वेले, जिवें तुसी अज रात नूं मनाणा है अमृत वेले आगमन होया, श्रीमान भाई वीर सिंह लिखदे आ गुरु तेग बहादुर साहब ना उह सारी रात समाधि विच रहे आ। जदों हजूर दा आगमन हुंदा है बेटे दा ते समाधि च रहिंदे आ, अमृत वेले अपना जो इशनान पान किरिया सोध कीर्तन शुरू हो गया अमृत वेले दा। भाई साहब कहिंदे हजूर बैठे ने ते सिख देखदे ने अज सतगुरु ने आसन ते विश्राम नहीं कीता ते कीर्तन दे विच धन गुरु तेग बहादुर निका निका हसन लग पे। ये भाई वीर सिंह उन्होंने लिखे है कि निम्मा निम्मा मुस्कराए ते सिखा ने पुछया महाराज अज रात विश्राम भी नहीं किया, आप जी अमृत वेले मुस्कराए क्यों? कह लगे अज जुल्म दियां जड़ां पटन वास्ते गुरु नानक दा दसवां जामा पटने दी धरती ते आ गया। अज जुल्म दियां जड़ां नूं खलाण वाला गुरु नानक दा दसवां जामा आया है, असी तां विश्राम नहीं किया। अज उत्थे फिर सतगुरु ने हुक्मनामे लिखे जो आप नूं सिंह साहिब सुनाणगे। आप संगत दा बहुत धन्नवाद, मैं रोजाना प्रबंधक वीरां दा भी शुक्रगुजार हाँ। समाप्ति कर दी जो आओ हुण सतगुरु जी दे इस अमृत बचन दियां जिहड़ा पाठ अज कीर्तन कीता है इस दियां ये वाहिगुरु जिहड़ा हुक्म आया है। अच्छा क्यों की गल ਜਤਨ ਆ ਚੋ ਫਿਰ ਠੀਕ ਕੋਈ ਨਹੀਂ ਜੋਰ ਲਾ ਲੈ ਨੇ। ਹਾਂਜੀ ਸਾਧ ਸੰਗਤ ਜੀ ਆਪ ਜੀ ਫਿਰ ਇਕਾਗਰਤਾ ਦੀ ਦਾਤ ਬਖਸ਼ਿਓ। ਇੱਥੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਦੋਂ ਆਗਮਨ ਹੁੰਦਾ ਤੇ ਮੈਂ ਕੱਲ ਵੀ ਇੱਕ ਬੇਨਤੀ ਕੀਤੀ, ਇੱਕ ਅਰਜ਼ ਹੋਰ ਕਰਾਂਗਾ, ਥੋੜਾ ਜਿਹਾ ਧਿਆਨ ਨਾਲ ਸੁਣਿਓ ਕਿ ਇਸ ਧਰਤੀ ਤੇ ਇਸ ਜ਼ਮੀਨ ਤੇ राम कहण वाला भी कहिंदा मेरा गोबिंद ए है ते पछम नूं मूंह करके सिजदे करन वाला भी कहिंदा मेरे अल्लाह दा नूर ए है। ये तीन बेनतियां मैं सिर्फ करांगा त
धन गुरु गोबिंद सिंह महाराज जी का आगमन हुंदा है, पिता जी उत्थों हुक्मनामा भेजदे आ पर वापस नहीं आए। जदों तुसीं बिरहा दे प्रसंग पढ़दे हो, गुरु गोबिंद राय जी वार वार दादी नूं ते माता जी नूं पुछदे आ कि सतगुरु कदों आउणगे, पिता जी दे दर्शन करने आ। उस तो पहला हजूर दे आगमन तो बाद जो वापरिया ऐस पटना साहब की धरती ते बड़िया रहमतां वरताईयां सतगुरां ने। पहली गल, कुड़ाम दा रहण वाला फकीर भीखण शाह, असल च इन्हां दी जिहड़ी जन्म भूमि है ना, पहेवे दे नेड़े एक पिंड है सियाणा सजदा, इन्हां दा जन्म सियाणे होया है। ਇਹ ਪਿੰਡ ਦਾ ਨਾਮ ਹੀ ਜੀ ਸਿਆਣਾ ਸਜਦਾ, ਸਜਦਾ ਦਾ ਪਿੰਡ ਸੀ ਸਾਰਾ। ਉੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦੁਆਰਾ ਹੈ, ਉੱਥੇ ਹਜ਼ੂਰ ਦਾ ਜੋੜਾ ਵੀ ਹੈ ਚਰਨਾਂ ਵਾਲਾ। ਉੱਥੇ ਬਾਹਰ ਇੱਕ ਦਮਦਮਾ ਸਾਹਿਬ ਵੀ ਗੁਰਦੁਆਰਾ ਹੈ, ਭੇਵੇ ਦੇ ਨਜ਼ਦੀਕ ਹੈ। ਉੱਥੇ ਭੀਖਣ ਸ਼ਾਹ ਦੀ ਜਨਮ ਭੂਮੀ ਇਹ ਵੇ। ਇਹ ਫਿਰ ਕੁੜਾਮ ਰਹੇ, ਜਦੋਂ ਸੱਚੀ ਸਰਕਾਰ ਦਾ ਆਗਮਨ ਹੋਇਆ, ਕਹਿੰਦੇ ਇਹਨੇ ਜਿਹੜੀ ਸਵੇਰ ਦੀ ਨਮਾਜ਼ ਸੀ ਨਾ, ਕਿਉਂਕਿ ਅੰਮ੍ਰਿਤ ਵੇਲੇ ਇੱਥੇ ਹਜ਼ੂਰ ਦਾ ਆਗਮਨ ਹੋਇਆ ਅਤੇ ਭੀਖਣ ਸ਼ਾਹ ਨੇ ਸਵੇਰ ਦੀ ਨਮਾਜ਼ ਲਹਿੰਦੇ ਵਾਲੇ ਪਾਸੇ ਸਜਦਾ ਕਰਨ ਦੀ ਬਜਾਏ ਉਹਨਾਂ ਨੇ ਚੜ੍ਹਦੇ ਵਾਲੇ ਪਾਸੇ ਮੂੰਹ ਕਰਕੇ ਨਮਾਜ਼ ਅਦਾ ਕੀਤੀ। ਉਹਨਾਂ ਦੇ ਮੁਰੀਦਾਂ ਨੇ, ਉਹਨਾਂ ਦੇ ਚੇਲਿਆਂ ਨੇ, ਇਹ ਸਾਰਿਆਂ ਨੇ ਪੁੱਛਿਆ ਜੀ ਸਾਨੂੰ ਇੱਕ ਗੱਲ ਦੱਸੋ ਕਿ ਤੁਸੀਂ ਅੱਜ ਲਹਿੰਦੇ ਵਾਲੇ ਪਾਸੇ ਨੂੰ ਛੱਡ ਕੇ ਚੜ੍ਹਦੇ ਨੂੰ ਕਿਉਂ ਸਜਦਾ ਕੀਤਾ? ਅੱਲਾ ਦਾ ਘਰ ਤਾਂ ਇੱਧਰ ਹੈ। ਕਹਿੰਦਾ ਕੋਈ ਸ਼ੱਕ ਨਹੀਂ ਕਿ ਪੱਛਮ ਵਾਲੇ ਪਾਸੇ ਅੱਲਾ ਦਾ ਘਰ ਹੈ ਤੇ ਚੜ੍ਹਦੇ ਵਾਲੇ ਪਾਸੇ ਅੱਜ ਅੱਲਾ ਦਾ ਖੁਦ ਨੂਰ ਆ ਗਿਆ ਹੈ। ਹੁਣ ਮੈਂ ਘਰ ਨੂੰ ਮੱਥਾ ਟੇਕਾਂ ਕਿ ਘਰ ਵਾਲੇ ਨੂੰ ਮੱਥਾ ਟੇਕਾਂ? ਸੁਣੋ ਕਿ ਲਹਿੰਦੇ ਨੂੰ ਘਰ ਹੈ, ਚੜ੍ਹਦੇ ਨੂੰ ਘਰ ਵਾਲੇ ਦਾ ਨੂਰ ਆ ਚੁੱਕਾ ਹੈ, ਅੱਲਾ ਦਾ ਨੂਰ ਆਇਆ ਹੈ। ਕਹਿੰਦਾ ਚਲੋ ਯਾਰੋ, ਰੱਬ ਨੇ ਅਜੇ ਹਯਾਤੀ ਜ਼ਿੰਦਗੀ ਬਖਸ਼ੀ ਹੈ, ਮੈਂ ਉਹਦੇ ਦੀਦਾਰ ਪਾਣੇ ਚਾਹੁੰਦਾ। ਹੁਣ ਮੈਂ ਆਪ ਨੂੰ ਬੇਨਤੀ ਕਰਾਂ, ਪੰਜ ਵਕਤ ਦਾ ਨਵਾਸੀ, ਕੁਰਾਨੇ ਪਾਕ 'ਤੇ ਭਰੋਸਾ ਕਰਨ ਵਾਲਾ, ਹਜ਼ਰਤ ਮੁਹੰਮਦ ਸਾਹਿਬ ਨੂੰ ਪੈਗੰਬਰ ਮੰਨਣ ਵਾਲਾ, ਉਹ ਕਿੰਨੇ ਮੂਲਾਂ ਮੀਲਾਂ ਤੋਂ ਤੁਰਦਾ ਹੈ ਤੇ ਰਸਤੇ ਵਿੱਚ ਬਿਰਖਾ ਦੇ ਗੀਤ ਗਾਉਂਦਾ ਗਾਉਂਦਾ ਉਹ ਪਟਨਾ ਸਾਹਿਬ ਦੀ ਧਰਤੀ 'ਤੇ ਆ ਜਾਂਦਾ ਹੈ। ਮੈਂ ਇਸ ਕਰਕੇ ਬੇਨਤੀ ਕੱਲ੍ਹ ਵੀ ਕੀਤੀ, ਗੁਰੂ ਨਾਨਕ ਦੇ ਘਰ 'ਚ ਹਿੰਦੂ ਆਵੇ, ਗੁਰੂ ਨਾਨਕ ਸਾਹਿਬ ਦੇ ਦਰ 'ਤੇ ਮੁਸਲਮਾਨ ਆਵੇ, ਇੱਥੇ ਈਸਾਈ ਆਵੇ, ਯਹੂਦੀ ਆਵੇ, ਬੋਧੀ ਆਵੇ, ਜੈਨੀ ਆਵੇ, ਚੇਤੇ ਰੱਖਿਓ ਇਸ ਘਰ ਦੇ ਵਿੱਚ ਠੰਡ ਇੰਨੇ ਕਮਾਲ ਦੀ ਏ, ਜਿਹੜਾ ਆਉਂਦਾ ਉਹ ਇੱਕੋ ਗੱਲ ਕਹਿੰਦਾ, ਜਿਹੜੇ ਧਰਮ ਨੂੰ ਮੈਂ ਮੰਨਣਾ ਉਹਦਾ ਪ੍ਰਤੱਖ ਸਰੂਪ ਤਾਂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਵਿਆਹ ਹੋਇਆ ਹੈ। ਉਹ ਬੰਦਾ ਤਲਿਆ ਜੀ ਪੰਜਾਬ ਦੀ ਧਰਤੀ ਤੋਂ, ਸਫ਼ਰ ਕਰਦਾ ਕਰਦਾ ਇੱਥੇ ਆ ਪਹੁੰਚਿਆ। ਮੈਂ ਸਿਰਫ ਇੱਥੇ ਇੱਕ ਬੇਨਤੀ ਕਰਨੀ ਹੈ, ਤਾਂ ਸਾਖੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਉਸ ਬੰਦੇ ਦੀ ਅੰਦਰ ਦੀ ਸਿੱਖ ਦੇਖੋ। ਅਜੇ ਹਜ਼ੂਰ ਦੇ ਆਗਮਨ ਹੋਇਆ ਨੂੰ ਕੋਈ ਦੇ ਮਹੀਨੇ ਸਮੇਂ ਹੋਇਆ, ਥੋੜ੍ਹਾ ਸਮਾਂ, ਕਿਉਂਕਿ ਪੈਦਲ ਚੱਲਦਾ ਆ ਰਿਹਾ। ਉਹਨੇ ਇਸ ਘਰ ਦੇ ਅੱਗੇ ਆ ਕੇ ਆਪਣੀ ਅਲੱਖ ਜਗਾ ਦਿੱਤੀ। ਮਾਮਾ ਕਿਰਪਾਲ ਚੰਦ ਜੀ ਨੇ, ਮਾਤਾ ਗੁਜਰੀ ਜੀ ਨੇ, ਮਾਤਾ ਨਾਨਕੀ ਜੀ ਨੇ, ਭਾਈ ਦਿਆਲ ਦਾਸ ਜੀ ਆਦਿਕ ਨੇ। ਉਹ ਕਹਿੰਦਾ ਜੀ ਮੈਂ ਅੱਲਾ ਦੇ ਨੂਰ ਦੇ ਦੀਦਾਰ ਕਰਨਾ ਆ, ਮੈਂ ਉਹਨਾਂ ਦੇ ਦੀਦਾਰ ਕਰਨ ਆਇਆ, ਪੰਜਾਬ ਦੀ ਧਰਤੀ ਤੋਂ ਆਇਆ। ਉਸ ਵਕਤ ਉਹਨਾਂ ਨੇ ਕਿਹਾ ਅਜੇ ਸਾਹਿਬਜ਼ਾਦਾ ਜੀ ਛੋਟੇ ਨੇ, ਕੋਈ ਸਮਾਂ ਹੋਇਆ, ਗੁਰੂ ਤੇਗ ਬਹਾਦਰ ਜੀ ਵੀ ਅਜੇ ਘਰ ਨਹੀਂ ਆਏ, ਇਸ ਕਰਕੇ ਅਜੇ ਆਪ ਜੀ ਨੂੰ ਦੀਦਾਰ ਨਹੀਂ, ਅਜੇ ਮਿਲਾਇਆ ਨਹੀਂ ਜਾ ਸਕਦਾ। ਯਾਦ ਰੱਖੋ ਉਹ ਬੰਦਾ ਫਿਰ ਐਸ ਬੂਹੇ ਦੇ ਅੱਗੇ ਬੈਠ ਗਿਆ, ਉਹਨਾਂ ਦੇ ਆਸਣ ਦਾ ਪ੍ਰਬੰਧ ਹੋ ਗਿਆ। ਮਾਮਾ ਕਿਰਪਾਲ ਚੰਦ ਜੀ ਕਹਿੰਦੇ ਨੇ ਜੇ ਪ੍ਰਸ਼ਾਦਾ ਚਾਹੀਦਾ, ਰੋਟੀ ਚਾਹੀਦੀ ਹੈ, ਜੋ ਖਾਣ ਪੀਣ ਚਾਹੀਦਾ, ਜੋ ਕੋਈ ਹੋਰ ਚੀਜ਼ ਚਾਹੀਦੀ ਹੈ, ਅੰਨ ਵਸਤਰ ਪੈਸਾ ਸਭ ਕੁਝ ਮਿਲੇਗਾ। ਪਿਆਰਿਓ, ਉਹਨੇ ਇੱਕੋ ਗੱਲ ਕੁਰਲਾ ਕੇ ਕਹੀ, ਕਹਿੰਦਾ ਅੰਨ ਦੀ ਮੈਨੂੰ ਕਮੀ ਨਹੀਂ, ਪੈਸੇ ਨਾਲ ਮੇਰਾ ਲਗਾ ਕੀ, ਮੈਂ ਅੱਖਾਂ ਦੇ ਕਟੋਰੇ ਲੈ ਕੇ ਆਇਆ, ਆਪਣੇ ਮਹਿਬੂਬ ਦੇ ਦਰਸ਼ਨ ਕਰਨੇ ਚਾਹੁੰਦਾ, ਮੈਨੂੰ ਦੀਦਾਰ ਕਰਾ ਦਿਓ।
ਸਾਡਾ ਇਤਿਹਾਸ ਕਹਿੰਦਾ ਉਹ ਬੂਵੇ ਅੱਗੇ ਬੈਠਾ ਰਿਹਾ। ਉਹਨੇ ਕੁਝ ਖਾਧਾ ਨਹੀਂ, ਕੁਝ ਪੀਤਾ ਨਹੀਂ। ਮੁਰੀਦ ਸਾਥੀ ਉਹ ਆਪਣਾ ਖਾਣ ਪਾਣ ਪ੍ਰਸ਼ਾਦਾ ਛਕਦੇ ਰਹੇ। ਭੀਖਣ ਸ਼ਾਹ ਉਹਨੇ ਇੱਕੋ ਰੱਟ ਲਾਈ ਕਿ ਮੇਰਾ ਮਹਿਬੂਬ ਮੈਨੂੰ ਦਿਖਾ ਦਿਓ, ਮੈਂ ਉਹਦੇ ਦੀਦਾਰ ਕਰਨ ਵਾਸਤੇ ਆਇਆ। ਇਸ ਸਾਖੀ ਨੇ ਬੜੀ ਵੱਡੀ ਸਾਨੂੰ ਸਿੱਖਿਆ ਦਿੱਤੀ। ਇਹਦਾ ਮਤਲਬ ਜਿਹੜੇ ਬੰਦੇ ਦਰਸ਼ਨਾਂ ਦੀ ਤਲਬ ਲੈ ਕੇ ਆਉਂਦੇ ਆ ਉਹਨਾਂ ਦੀ ਅਵਸਥਾ ਦੁਨੀਆਦਾਰਾਂ ਤੋਂ ਵੱਖਰੀ ਹੁੰਦੀ ਹੈ। ਜਿਹਨੂੰ ਗੁਰਬਾਣੀ ਕਹਿੰਦੀ ਹੈ ਉਹ ਹਾ ਪ੍ਰੇਮ ਪਿਰੀ ਕਣਕ ਮਾਨਕ ਗੁਜ ਗਜ ਮੋਤੀਆਂ ਲਾਲਨ ਨਹਿ ਨਹਾ ਨਹੀ ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਚ ਕਿਚ ਨਾ ਚਹੀ। ਉਹਨਾਂ ਦੀ ਅਵਸਥਾ ਇੱਕੋ ਹੁੰਦੀ ਹੈ, ਦਰਸ਼ਨ ਪਿਆਸੀ ਦਿਨਸ ਰਾਤ ਚਿਤਵੋ ਅਣ ਦਿਨ ਨੀਤ ਖੋਲ ਕਪਟ ਗੁਰ ਮਿਲੀਆ ਨਾਨਕ ਹਰ ਸੰਗ ਮੀਤ। ਮੈਂ ਫਿਰ ਬੇਨਤੀ ਕਰਾਂਗਾ, ਦਰਸ਼ਨ ਦੀ ਪਿਆਸ ਪੈਦਾ ਹੋ ਜਾਏ। ਵਾਹਿਗੁਰੂ ਜੀ ਇਹਨੂੰ ਫਿਰ ਦੁਬੀਰ ਰੁਪੀਰ ਸੁਣਿਓ। ਸ਼ਾਇਦ ਪਿਛਲੇ ਦਿਨੀ ਇਹ ਕਥਾ ਕਰ ਰਿਹਾ ਸਾਂ ਤੇ ਇੱਕ ਸ਼ਬਦ ਆਇਆ, ਵੈਸਾਖ ਧੀਰਨ ਕਿਉ ਵਾਂਡੀਆ ਜਿਨ੍ਹਾਂ ਪ੍ਰੇਮ ਬਿਸ਼ੋ। ਇੱਥੇ ਗੁਰੂ ਬਿਸ਼ੋ ਨਹੀਂ ਲਿਖਿਆ, ਪ੍ਰਭੂ ਬਿਸ਼ੋ ਨਹੀਂ ਲਿਖਿਆ, ਇੱਥੇ ਸ਼ਬਦ ਲਿਖਿਆ ਪ੍ਰੇਮ ਬਿਸ਼ੋ। ਇਹ ਬੜਾ ਡੂੰਘਾ ਬੜਾ ਗਹਿਰਾ ਸ਼ਬਦ ਹੈ ਪ੍ਰੇਮ ਬਿਸ਼ੋ। ਜਿਹੜਾ ਬੰਦਾ ਰੱਬ ਤੋਂ, ਗੁਰੂ ਤੋਂ, ਨਾਮ ਤੋਂ, ਸੰਗਤ ਤੋਂ ਟੁੱਟੇ ਉਹਦਾ ਮਸਲਾ ਹੱਲ ਹੋ ਸਕਦਾ, ਦੁਬਾਰਾ ਆ ਜਾਏ। ਜਿਸ ਬੰਦੇ ਦੇ ਅੰਦਰ ਪ੍ਰੇਮ ਨਾਂ ਦੀ ਕੋਈ ਚੀਜ਼ ਨਹੀਂ ਉਸ ਬੰਦੇ ਦਾ ਮਿਲਣਾ ਬੜਾ ਮੁਸ਼ਕਲ ਹੈ। ਇਹ ਪ੍ਰੇਮ ਵਿਸ਼ੋ ਦਾ ਮਤਲਬ ਕੀ, ਇਹਨੂੰ ਅੱਜ ਦੇ ਸੰਦਰਭ ਵਿੱਚ ਸਮਝਣ ਦੇ ਲਈ ਮੰਨ ਲਓ ਇੱਕ ਇਨਸਾਨ ਬਿਮਾਰ ਹੈ, ਡਾਕਟਰ ਉਹਦੀ ਦਵਾਈ ਕਰ ਰਿਹਾ। ਕਈ ਵਾਰੀ ਇਹੋ ਜਿਹੀ ਸਿਚੁਏਸ਼ਨ, ਇਹੋ ਜਿਹੀ ਹਾਲਤ ਹੋ ਜਾਂਦੀ ਹੈ, ਡਾਕਟਰ ਕਹਿੰਦਾ ਵੀ ਇਹਦਾ ਇਲਾਜ ਨਹੀਂ ਹੋ ਸਕਦਾ, ਜਵਾਬ ਦੇ ਜਾਂਦਾ। ਜੇ ਉਹਨੂੰ ਪੁੱਛਿਆ ਜਾਏ ਵੀ ਤੂੰ ਜਵਾਬ ਕਿਉਂ ਦੇ ਦਿੱਤਾ, ਕਿਉਂ ਨਹੀਂ ਤੂੰ ਇਲਾਜ ਕਰਦਾ, ਉਹ ਪਤਾ ਕੀ ਉੱਤਰ ਦਿੰਦਾ? ਕਹਿੰਦਾ ਦਵਾਈ ਮੇਰੇ ਕੋਲ ਹੈ, ਮੈਂ ਆਪਣੇ ਕੋਲੋਂ ਇਹਦਾ ਇਲਾਜ ਕਰਾਂਗਾ, ਪਰ ਸੱਚ ਇਹ ਵੇ ਇਹਦੀ ਬੋਡੀ ਸਾਥ ਨਹੀਂ ਦਿੰਦੀ। ਬਈ ਇਸ ਤਰ੍ਹਾਂ ਹੁੰਦਾ ਹੈ ਨਾ ਜੀ, ਸਰਜਰੀ ਕਰਨ ਲੱਗਿਆਂ ਡਾਕਟਰ ਕਹਿ ਦਿੰਦੇ ਨੇ ਵੀ ਅਸਲ 'ਚ ਇਹਦੀ ਬੋਡੀ ਸਾਥ ਨਹੀਂ ਦਿੰਦੀ, ਮੈਂ ਕਿਵੇਂ ਕਰਾਂ? ਪਿਆਰਿਓ, ਜਿਸ ਬੰਦੇ ਦਾ ਆਪਣਾ ਤਨ ਸਾਥ ਨਾ ਦੇ ਉੱਥੇ ਦਵਾਈਆਂ ਕੰਮ ਨਹੀਂ ਕਰਦੀਆਂ। ਜਿਸ ਬੰਦੇ ਅੰਦਰ ਪ੍ਰੇਮ ਦੀ ਐਨਰਜੀ ਕੋਈ ਨਹੀਂ ਉੱਥੇ ਸ਼ਬਦ ਵੀ ਕੋਈ ਨਹੀਂ ਕੰਮ ਕਰਦਾ। ਪ੍ਰੇਮ ਦਾ ਖੂਣਾ ਆਵੇ, ਪ੍ਰੇਮ ਦਾ ਖੂਣਾ ਅਤ ਲਾਜ਼ਮੀ। ਹੁਣ ਮੈਨੂੰ 2 ਮਿੰਟ ਲਾ ਲੈਂਦੇ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹ ਕਹਿੰਦੇ ਜਿਹਨਾਂ ਅੰਦਰ ਪ੍ਰੇਮ ਨਹੀਂ। ਅਸੀਂ ਜਗਿਆਸਾ ਸਾਰੇ ਲੈ ਕੇ ਆਉਂਦੇ ਹਾਂ, ਭੀਖਣ ਸ਼ਾਹ ਵਰਗਾ ਕੋਈ ਟਾਵਾਂ ਟਾਵਾਂ ਆਉਂਦਾ ਹੈ? ਨਹੀਂ ਤੇ ਇਹ ਬੜੀ ਵੱਡੀ ਸਾਖੀ, ਭੀਖਣ ਸ਼ਾਹ ਨੂੰ ਕੱਪੜੇ ਦਿੱਤੇ, ਪੈਸੇ ਦਿੱਤੇ, ਰੋਟੀ ਪਾਣੀ ਦਿੱਤਾ, ਪਰ ਉਹਨੇ ਕਿਹਾ ਕੁਝ ਨਹੀਂ ਚਾਹੀਦਾ। ਅੱਜ ਵੀ ਸੱਚੀ ਅਸੀਂ ਗੁਰੂ ਗੋਬਿੰਦ ਰਾਏ ਦੇ ਦਰ ਤੇ ਆਉਂਦੇ ਹਾਂ, ਕੋਈ ਔਲਾਦ ਦਾ ਸੁੱਖ ਮੰਗਦਾ, ਕੋਈ ਪਰਿਵਾਰ ਦਾ ਸੁੱਖ ਮੰਗਦਾ, ਕੋਈ ਬਿਜ਼ਨਸ ਮੰਗਦਾ, ਕੋਈ ਕਰੋੜਾਂ ਵਿੱਚੋਂ ਕਦੀ ਕਦੀ ਆਉਂਦਾ ਜਿਹੜਾ ਭੀਖਣ ਸ਼ਾਹ ਬਣ ਕੇ ਕਹਿੰਦਾ ਤੇਰੇ ਦੀਦਾਰ ਦੀ ਤਲਬ ਲੈ ਕੇ ਆਇਆ। ਭੀਖਣ ਸ਼ਾਹ ਕਹਿੰਦਾ ਮੈਨੂੰ ਦੀਦਾਰ ਚਾਹੀਦੇ ਆ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਗੁਰਮੁਖੋ ਜਿਹਦੇ ਅੰਦਰ ਦਰਸ਼ਨ ਪਿਆਸ ਹੈ ਨਾ ਉਹਦੇ ਭਾਗ ਬੜੇ ਚੰਗੇ ਆ। ਚਾਰ ਪਦਾਰਥ ਜੇ ਕੋ ਮੰਗੇ, ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਦਿੱਤਾ ਸਦਗਾਵੈ, ਜੇ ਕੋ ਆਪਣੀ ਸ਼ੋਭਾ ਲੋਰੈ, ਸਾਧ ਸੰਗ ਇਹ ਹਉਮੈ ਛੋਰੈ, ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਸਰਨੀ ਪਰੇ ਅੱਗੇ ਹੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਂਕੈ ਬਲ ਬਲ ਜਸ। ਉਹ ਸੱਜਣ ਬੈਠ ਗਿਆ, ਜਦੋਂ ਉਹਦਾ ਅੰਦਰ ਦ੍ਰਿੜ ਇਰਾਦਾ ਦੇਖਿਆ, ਸੱਚੀ ਮੁੱਚੀ ਉਹਨੇ ਕਹਿ ਦਿੱਤਾ ਜੇ ਆਂਖੇ ਨਹੀਂ ਹੈ ਚਿਹਰੇ ਪੇ ਤੇਰੇ ਫਕੀਰ ਕੇ, ਦੋ ਠੀਕਰੇ ਹੈ ਭੀਖ ਕੇ ਦੀਦਾਰ ਕੇ ਲੀਏ। ਜਦੋਂ ਉਹ ਅੱਡ ਬਹਿ ਗਿਆ, ਉਸ ਵਕਤ ਫਿਰ ਮਾਮਾ ਕਿਰਪਾਲ ਚੰਦ ਜੀ ਨੇ ਇਸ ਘਰ ਦੇ ਅੱਗੇ ਸੋਹਣੀ ਵਿਛਾਈ ਕਰਾ ਦਿੱਤੀ, ਸੋਹਣਾ ਦਰਬਾਰ ਜਿਵੇਂ ਸਜਦਾ ਹੈ। ਫਕੀਰ ਬਜ਼ੁਰਗ ਬੈਠਾ ਹੈ, ਮੈਂ ਤਾਂ ਬੇਨਤੀ ਕੀਤੀ, ਇੱਕ ਮੁਸਲਮਾਨ ਬਜ਼ੁਰਗ ਹੈ ਜਿਹੜਾ ਨਮਾਜ਼ ਪੜ੍ਹਦਾ ਹੈ, ਅਤੇ ਇੱਕ ਪੰਡਿਤ ਸ਼ਿਵਦੱਤ ਬਜ਼ੁਰਗ ਹੈ ਜਿਹੜਾ ਮੂਰਤੀ ਨੂੰ ਪੂਜਦਾ ਹੈ। ਇੱਕ ਰਾਮ ਕਹਿੰਦਾ, ਇੱਕ ਰਹੀਮ ਕਹਿੰਦਾ, ਇੱਕ ਅੱਲਾ ਕਹਿੰਦਾ, ਇੱਕ ਗੋਬਿੰਦ ਕਹਿੰਦਾ ਹੈ। ਮੇਰਾ ਗੁਰੂ ਗੋਬਿੰਦ ਸਿੰਘ ਰਹੀਮ ਵਾਲੇ ਦੇ ਅੰਦਰ ਨੂੰ ਹੀ ਭਰ ਦਿੰਦਾ ਹੈ ਅਤੇ ਰਾਮ ਵਾਲੇ ਦੇ ਅੰਦਰ ਨੂੰ ਹੀ ਭਰ ਦਿੰਦਾ ਹੈ।
ਇੱਥੇ ਹਜ਼ੂਰ ਦੇ ਸੋਹਣਾ ਦਰਬਾਰ ਸਜਾਇਆ ਗਿਆ। ਕਿੰਨੇ ਦਿਨਾਂ ਦਾ ਪ੍ਰਸ਼ਾਦ ਪਾਣੀ ਨਹੀਂ ਛਕਿਆ। ਜਦੋਂ ਮਾਮਾ ਕਿਰਪਾਲ ਜੀ ਚੰਦ ਜੀ ਲੈ ਕੇ ਆਏ ਸਤਿਗੁਰੂ ਗੁਰੂ ਗੋਬਿੰਦ ਸਿੰਘ ਬਾਲਾ ਪ੍ਰੀਤਮ, ਉਹਨਾਂ ਦੀ ਪਹਿਲੀ ਝਲਕ ਫਕੀਰ ਨੇ ਦੇਖੀ, ਸੱਚੀ ਮੁੱਚੀ ਨੱਚ ਉੱਠਿਆ। ਕਹਿੰਦਾ ਜੈਸਾ ਸੁਰਤ ਚ ਦੇਖਿਆ ਵੈਸਾ ਹੀ ਪਾਇਆ। ਫਿਰ ਕਹਿੰਦਾ ਹੇ ਬਾਲਾ ਪ੍ਰੀਤਮ, ਮਨ ਚ ਅਰਦਾਸ ਕਰਦਾ ਫਕੀਰਾਂ ਤੇਰੇ ਦਰ ਤੇ ਆਇਆ, ਮੇਰੇ ਅੰਦਰ ਦੇ ਸ਼ੰਕੇ ਨਿਵਿਰਤ ਕਰਦੇ, ਕੁਜੀਆਂ ਅੱਗੇ ਰੱਖਦਾ। ਕਿਉਂਕਿ ਮਤਸਵ ਦਾ ਸਮਾਂ ਸੀ ਨਾ, ਹਿੰਦੂ ਮੁਸਲਮਾਨ ਦਾ ਆਪਸੀ ਵੈਰ ਵਿਰੋਧ ਚੱਲ ਰਿਹਾ ਸੀ, ਤੂੰ ਕਿਹਦੇ ਨਾਲ ਖਲੋਵੇਂਗਾ। ਮਨ ਦਾ ਫੁਰਨਾ ਇਹੀ ਸੀ। ਕੁਜੀਆਂ ਅੱਗੇ ਰੱਖੀਆਂ, ਮੇਰੇ ਚੋਜੀ ਪ੍ਰੀਤਮ ਨੇ ਦੋਨਾਂ ਦੇ ਸਿਰ ਉੱਤੇ ਹੱਥ ਰੱਖ ਦਿੱਤਾ। ਮੈਂ ਆਪ ਨੂੰ ਬੇਨਤੀ ਕਰਾਂ, ਮੇਰਾ ਗੁਰੂ ਦੋਹਰੇ ਵਾਲੇ ਦੇ ਸਿਰ ਤੇ ਵੀ ਹੱਥ ਰੱਖਦਾ, ਇਹ ਮਸੀਤ ਵਾਲੇ ਦੇ ਸਿਰ ਤੇ ਵੀ ਹੱਥ ਰੱਖਦਾ, ਇਹ ਰਾਮ ਕਹਿਣ ਵਾਲੇ ਦੇ ਸਿਰ ਤੇ ਵੀ ਹੱਥ ਰੱਖਦਾ, ਇਹ ਰਹੀਮ ਕਹਿਣ ਵਾਲੇ ਦੇ ਸਿਰ ਤੇ ਵੀ ਹੱਥ ਰੱਖਦਾ, ਇਹ ਭੀਖਣ ਸ਼ਾਹ ਇੱਥੋਂ ਸਤਿਗੁਰੂ ਦੇ ਦਰ ਤੋਂ ਦੀਦਾਰ ਦੀ ਦਾਤ ਲੈ ਕੇ ਵਾਪਸ ਜਾਂਦਾ। ਅੱਜ ਆਪ ਜੀ ਸਤਿਗੁਰੂ ਦੇ ਆਗਮਨ ਪੁਰਬ ਨੂੰ ਮਨਾ ਰਹੇ ਹੋ। ਬਾਕੀ ਜੋ ਸਾਰਾ ਪ੍ਰੋਗਰਾਮ ਹੈ, ਆਪ ਜੀ ਨੂੰ ਅਤਿ ਸਨਮਾਨਯੋਗ ਭਾਈ ਜਗਦੇਵ ਸਿੰਘ ਜੀ, ਮੁੱਖ ਪ੍ਰਚਾਰਕ, ਹੈੱਡ ਪ੍ਰਚਾਰਕ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਆਪ ਜੀ ਨੂੰ ਦੱਸਣਗੇ। ਸਾਡੇ 'ਚ ਅਤਿ ਸਨਮਾਨਯੋਗ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ, ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਸਪੁੱਤਰ, ਉਹ ਵੀ ਮੌਜੂਦ ਨੇ। ਜੀ ਆਇਆਂ ਨੂੰ ਜੀ, ਵਾਹਿਗੁਰੂ ਜੀ ਕਾ ਖਾਲਸਾ। ਤੇਰੋ ਸੇਵਕ ਇਹ ਰੰਗ ਮਾਤਾ, ਪਾਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹ ਮਨ ਰਾਤਾ, ਰਹਾਉ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।